ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਵਾਰਡ ਨੰਬਰ 74 ਵਿਖੇ ਹੋਈ, ਜਿਸ ਵਿੱਚ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਮਾਸਟਰ ਜਸਵੰਤ ਸਿੰਘ ਆਪਣੇ ਕਈ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਡਾਕਟਰ ਹਰਵਿੰਦਰ ਸਿੰਘ ਸੰਧੂ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਨੂੰ ਦੇਖਦੇ ਹੋਏ ਉਹ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਅਤੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਕਿਹਾ ਕਿ ਪਾਰਟੀ ਵਿੱਚ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਐਡਵੋਕੇਟ ਰਾਜੀਵ ਭਗਤ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਮਨੀਸ਼ ਸ਼ਰਮਾ, ਕੁਮਾਰ ਅਮਿਤ, ਸੰਜੀਵ ਪੁਰੀ ਅਤੇ ਸ਼ਾਮ ਭਗਤ ਸਣੇ ਕਈ ਇਲਾਕਾ ਵਾਸੀ ਮੌਜੂਦ ਸਨ। ਅੱਜ ਅਸੀਂ ਵਾਰਡ ਨੰਬਰ 74 'ਚ ਆਏ ਹਾਂ। ਮਾਸਟਰ ਜਸਵੰਤ ਜੀ, ਜੋ ਕਿ ਬੜੇ ਵਧੀਆ ਉੱਘੇ ਸੋਸ਼ਲ ਵਰਕਰ ਨੇ, ਉਹਨਾਂ ਨੂੰ ਅੱਜ ਆਪਾਂ ਆਪਣੇ ਪਰਿਵਾਰ 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਕਰਵਾਇਆ। ਮੇਰੇ ਨਾਲ ਮੇਰੇ ਜ਼ਿਲ੍ਹੇ ਦੇ ਦੋਨੋਂ ਮਹਾਂਮੰਤਰੀ ਸੰਜੀਵ ਜੀ ਅਤੇ ਮਨੀਸ਼ ਜੀ, ਅਤੇ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਮਨੀਸ਼ ਜੀ, ਅਤੇ ਮੇਰੇ ਵੱਡੇ ਭਰਾ ਬੜੇ ਜੁਝਾਰੂ ਨੇਤਾ ਰਾਕੇਸ਼ ਗਿੱਲ ਜੀ, ਜਿਨ੍ਹਾਂ ਨੇ ਵੀ ਇਸ ਹਲਕੇ ਦੀ ਬਹੁਤ ਵਧੀਆ ਸੇਵਾ ਕੀਤੀ, ਅਤੇ ਮੇਰੇ ਬਹੁਤ ਹੀ ਪਿਆਰੇ ਵੱਡੇ ਭਰਾ ਜਿਨ੍ਹਾਂ ਨੂੰ ਇਸ ਇਲਾਕਿਆਂ 'ਚ ਬਹੁਤ ਪਿਆਰ ਮਿਲਦਾ, ਵੱਡੇ ਭਰਾ ਰਾਜੀਵ ਭਗਤ ਜੀ, ਅਤੇ ਇਸ ਮੰਡਲ ਦੇ ਅਧਿਕਸ਼ ਸ਼ਾਮ ਭਗਤ ਜੀ, ਅਤੇ ਯੁਵਾ ਮੋਰਚਾ ਸਾਡੇ ਅੰਮ੍ਰਿਤਸਰ ਦੇ ਜਿਹੜੇ ਅਧਿਕਸ਼ ਨੇ ਗੌਤਮ ਗੌਰਵ ਗਿੱਲ ਜੀ ਅਤੇ ਪ੍ਰਤੀਕ, ਇਹ ਸਾਡਾ ਸਾਰਾ ਪਰਿਵਾਰ ਅੱਜ ਇਹਨਾਂ ਨੂੰ ਅੱਜ ਸ਼ਾਮਿਲ ਕਰਵਾਉਣ ਵਾਸਤੇ ਇੱਥੇ ਆਇਆ। ਪਰ ਜਿੰਨਾ ਭਾਰੀ ਇਕੱਠ ਇਹਨਾਂ ਨੇ ਅੱਜ ਕੀਤਾ ਸੀ ਜਾਂ ਭਾਰੀ ਇਕੱਠ ਇੱਥੇ ਵੇਖਣ ਨੂੰ ਮਿਲਿਆ, ਅਸੀਂ ਸਮਝਦੇ ਹਾਂ ਵੀ ਸਾਨੂੰ ਅਸੀਂ ਬਹੁਤ ਖੁਸ਼ ਨਸੀਬ ਹੈ ਕਿ ਸਾਨੂੰ ਮਾਸਟਰ ਜਸਵੰਤ ਜੀ ਵਰਗੇ ਇੱਥੇ ਨੇਤਾ ਇਸ ਹਲਕੇ ਦੇ ਵਿੱਚ ਸਾਡੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਇਆ। ਔਰ ਇਹ ਲੜੀ ਬਹੁਤ ਲੰਮੀ ਹੈ, ਇਸ ਤਰ੍ਹਾਂ ਦੇ ਜਿਹੜੇ ਸਾਫ਼ ਛਵੀ ਵਾਲੇ ਨੇਤਾ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ, ਕਿਉਂਕਿ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਝੂਠ ਦਾ ਇੱਕ ਪਲੰਦਾ ਹੈ, ਝੂਠ ਦਾ ਇੱਕ ਗਬਾਰਾ ਸੀ। ਈਸਟ ਇੰਡੀਆ ਕੰਪਨੀ ਹੀ ਜਿਹੜੀ ਪੰਜਾਬ ਨੂੰ ਲੁੱਟਣ ਆਈ ਹੈ, ਉਹ ਲੁੱਟ ਕੇ ਉਹਨਾਂ ਨੇ ਵਾਪਸ ਚਲ ਜਾਣਾ। ਇੱਕੋ ਇੱਕ ਵਿਕਲਪ ਹੈ ਲੋਕਾਂ ਕੋਲ, ਲੋਕ ਸੜਕਾਂ 'ਤੇ ਉਤਰ ਆਇਆ, ਹੁਣ ਲੋਕਾਂ ਕੋਲ ਵਿਕਲਪ ਹੈ ਭਾਰਤੀ ਜਨਤਾ ਪਾਰਟੀ। ਸੋ ਮੈਂ ਇਹਨਾਂ ਨੂੰ ਅੱਜ ਆਸ਼ਵਾਸਨ ਦਿੰਦਾ ਇਹ ਸਾਡੇ ਪਰਿਵਾਰ 'ਚ ਸ਼ਾਮਿਲ ਹੋਏ ਆ, ਜਿਹੜੇ ਸੰਘਰਸ਼ ਬੜੇ ਵਧੀਆ ਮੁੱਦੇ ਚੁੱਕਦੇ ਨੇ, ਲੋਕਾਂ ਦੇ ਦਿਲਾਂ ਦੇ ਮੁੱਦੇ ਚੁੱਕਦੇ ਨੇ, ਭਾਰਤੀ ਜਨਤਾ ਪਾਰਟੀ ਇਹਨਾਂ ਦੇ ਨਾਲ ਰਾਤ ਦਿਨ ਖੜ੍ਹੀ ਹੈ, ਸਾਡੀ ਸਾਰੀ ਟੀਮ ਇਹਨਾਂ ਨਾਲ ਖੜ੍ਹੀ ਹੈ। ਜਿਹੜਾ ਮੈਨੂੰ ਮਾਣ ਇਹਨਾਂ ਨੇ ਬਖਸ਼ਿਆ ਹੈ ਆਪਣੇ ਪਰਿਵਾਰ 'ਚ ਸ਼ਾਮਿਲ ਕਰਕੇ, ਔਰ ਜੋ ਹਮੇਸ਼ਾ ਹੀ ਮੇਰੇ ਮੁੱਦੇ ਰਹੇ ਆਮ ਪਬਲਿਕ ਦੇ, ਉਹਦੇ ਵਿੱਚ ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ਨੇਤਿਤਵ ਦੇ ਵਿੱਚ ਪੰਜਾਬ ਦੇ ਅੰਦਰ ਵੀ ਜਿਹੜਾ ਗੁੰਡਾ ਤੱਤ ਆ, ਜਿਹੜਾ ਆਮ ਆਦਮੀ ਪਾਰਟੀ ਦੀ ਲੁੱਟ ਖਸੋਟਿਆ, ਉਹਨੂੰ ਆਉਣ ਵਾਲੇ ਨਗਰ ਨਿਗਮ ਚੋਣਾਂ ਅਤੇ ਲੋਕ ਸਭਾ ਦੇ ਚੋਣਾਂ ਦੇ ਵਿੱਚ, ਜਦੋਂ ਗੁਰੂ ਨਗਰੀ ਦੇ ਅੰਦਰੋਂ, ਜਦੋਂ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਅੰਦਰੋਂ ਭਰਵਾਂ ਹੁੰਗਾਰਾ ਮਿਲੇਗਾ, ਅਤੇ ਯੋਗੀ ਅਤੇ ਮੋਦੀ ਜੀ ਵਰਗਾ ਰਾਜ ਗੁਜਰਾਤ ਅਤੇ ਯੂਪੀ ਵਰਗੀਆਂ ਸਟੇਟਾਂ ਜਿਹੜੀਆਂ ਉਹ ਪੰਜਾਬ ਨੂੰ ਬਣਾਇਆ ਜਾਊਗਾ। ਔਰ ਇਹਨਾਂ ਨੇ ਮੈਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਤੇਰਾ ਜੀਵਨ ਜਿਹੜਾ ਸੰਘਰਸ਼ ਵਾਸਤੇ ਹੋਇਆ, ਔਰ ਹਰ ਸੰਘਰਸ਼ ਦੇ ਨਾਲ, ਹਰ ਸੰਘਰਸ਼ ਦੇ ਵਿੱਚ ਬੀਜੇਪੀ ਪਾਰਟੀ ਜਿਹੜੀ ਆ, ਸਮੁੱਚੀ ਟੀਮ ਗੁਰੂ ਨਗਰੀ ਦੀ ਮੇਰੇ ਮੋਢੇ ਨਾਲ ਮੋਢਾ ਲਾ ਕੇ ਖਲੋਏਗੀ, ਔਰ ਮੈਂ ਸਮੁੱਚੀ ਬੀਜੇਪੀ ਲੀਡਰਸ਼ਿਪ ਅੰਮ੍ਰਿਤਸਰ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ।